ਡিয়ার ਸਟੂਡੈਂਟਸ ਵੈਲਕਮ ਬੈਕ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਹੈ ਮੈਰਿਟਸ ਐਂਡ ਡੀਮੈਰਿਟਸ ਆਫ ਹਾਰਮੋਨਿਕ ਮੀਨ ਜਿਹੜਾ ਹਾਰਮੋਨਿਕ ਆਸਥਾ ਹੈ ਉਹਦੇ ਲਾਭ ਅਤੇ ਹਾਨੀਆਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਦੇ ਮੈਰਿਟਸ ਕਿਹੜੇ-ਕਿਹੜੇ ਆ ਪਹਿਲਾ ਹੈ ਰਿਜੀਡਲੀ ਡਿਫਾਈਨਡ ਇੱਕ ਕਠੋਰਤਾ ਨਾਲ ਪਰਿਭਾਸ਼ਿਤ ਇਹਨੂੰ ਕਠੋਰਤਾ ਨਾਲ ਪਰਿਭਾਸ਼ਿਤ ਕੀਤਾ ਗਿਆ ਤੇ ਕੀਤਾ ਜਾ ਸਕਦਾ ਹੈ ਇਸ ਕਰਕੇ ਇਹ ਇਹਦੀ ਜਿਹੜੀ ਪਹਿਲੀ ਵਿਸ਼ੇਸ਼ਤਾ ਹੈ ਇਹਦਾ ਪਹਿਲਾ ਗੁਣ ਹੈ ਬੇਸਡ ਔਨ 올 ਓਬਜ਼ਰਵੇਸ਼ਨਸ ਸਾਰੇ ਹੀ ਨਰੀਖਣਾਂ ਦੇ ਉੱਪਰ ਆਧਾਰਿਤ ਜਿਹੜਾ ਇਹ ਹਾਰਮੋਨਿਕ ਮੀਨ ਹੈ ਇਹਦੀ ਦੂਸਰੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਾਰੇ ਹੀ ਨਰੀਖਣਾਂ ਦੇ ਉੱਪਰ ਸਾਰੇ ਹੀ ਆਬਜ਼ਰਵੇਸ਼ਨ ਦੇ ਉੱਪਰ ਆਧਾਰਿਤ ਹੁੰਦੀ ਹੈ ਜੇਕਰ ਕੋਈ ਮੁੱਲ ਜ਼ੀਰੋ ਹੈ ਤਾਂ ਇਸ ਨੂੰ ਗਣਿਤ ਜਾਂ ਕੈਲਕੂਲੇਟਰ ਨਹੀਂ ਕੀਤਾ ਜਾ ਸਕਦਾ ਲੀਸਟ ਅਫੈਕਟਡ ਬਾਈ ਫਲਕਚੁਏਸ਼ਨ ਪਰਿਵਰਤਨਾ ਰਹੇ ਘੱਟ ਪ੍ਰਭਾਵਿਤ ਇਹ ਜਿਹੜੇ ਇਹ ਔਸਤ ਹੈ ਜਿਹੜੀ ਪਰਵਰਤਨਾ ਦੌਰਾਂ ਚੇਂजेस ਦੇ ਦੁਆਰਾ ਜਿਹੜੀ ਜਾਂ ਫਲਕਚੁਏਸ਼ਨ ਆਉਂਦੀ ਹੈ ਉਹ ਦੁਆਰਾ ਬਹੁਤ ਹੀ ਜਿਹੜੀ ਘਟ ਹੈ ਉਹ ਇਫੈਕਟ ਹੁੰਦੀ ਹੈ ਪ੍ਰਭਾਵਿਤ ਹੁੰਦੀ ਹੈ ਸਮਾਲ ਆਈਟਮਸ ਛੋਟੀਆਂ ਇਕਾਈਆਂ ਇਹ ਜਿਹੜੀ ਔਸਤ ਹੈ ਉਹ ਛੋਟੀਆਂ ਇਕਾਈਆਂ ਨੂੰ ਵੱਡੀਆਂ ਇਕਾਈਆਂ ਨਾਲੋਂ ਜਿਹੜੀ ਜ਼ਿਆਦਾ ਮਹੱਤਤਾ ਉਹ ਦਿੰਦੀ ਹੈ ਨੈਕਸਟ ਹੈ ਅਲਜੈਬਰਿਕ ਟਰੀਟਮੈਂਟ ਗਣਿਤਿਕ ਇਹਦੀ ਇੱਕ ਜਿਹੜੀ ਵਿਸ਼ੇਸ਼ਤਾ ਇਹ ਵੀ ਹੈ ਕਿ ਇਹਦੀ ਜਿਹੜੀ ਗਣਿਤਿਕ ਗਣਨਾ ਵੀ ਕੀਤੀ ਜਾ ਸਕਦੀ ਹੈ ਮੀਨ ਅਲਜੈਬਰਿਕ ਟਰੀਟਮੈਂਟ ਵੀ ਕੀਤਾ ਜਾ ਸਕਦਾ ਹੈ ਨੈਕਸਟ ਹੈ ਡੈਫੀਨਿਟ ਇਹ ਸਹੀ ਵੀ ਹੈ ਕਿਉਂਕਿ ਜਦੋਂ ਅਸੀਂ ਜਿਹੜਾ ਹਾਰਮੋਨਿਕ ਮੀਨ ਨਾਲ ਕੋਈ ਵੀ ਜਿਹੜੀ ਵੈਲਿਊ ਹੈ ਪਤਾ ਕਰਦੇ ਹਾਂ ਤਾਂ ਉਹ ਜ਼ਿਆਦਾਤਰ ਸਹੀ ਹੁੰਦੀ ਹੈ ਹੁਣ ਅਸੀਂ ਕਰਾਂਗੇ ਡੀਮੈਰਿਟਸ ਆਫ ਹਾਰਮੋਨਿਕ ਮੀਨ ਜਿਹੜਾ ਹਾਰਮੋਨਿਕ ਮੀਨ ਹੈ ਇਹਦੀਆਂ ਕਿਹੜੀਆਂ-ਕਿਹੜੀਆਂ ਡੀਮੈਰਿਟਸ ਨੇ ਸਭ ਤੋਂ ਪਹਿਲਾ ਹੈ ਨਾਟ ਈਜ਼ੀ ਇਸ ਔਖਾ ਨਹੀਂ ਹੈ ਇਹ ਜਿਹੜੀ ਗਣਨਾ ਕਰਨਾ ਹੈ ਥੋੜੀ ਮੁਸ਼ਕਲ ਹੈ ਜੋ ਕਿ ਹਰੇਕ ਜਿਹੜਾ ਵਿਦਿਆਰਥੀ ਹੈ ਉਹ ਨਹੀਂ ਕਰ ਸਕਦਾ ਨਾਟ ਅੰਡਰਸਟੈਂਡੇਬਲ ਸਮਝਣ ਵਿੱਚ ਮੁਸ਼ਕਿਲ ਇਸ ਪ੍ਰਕਾਰ ਦੀ ਜਿਹੜੀ ਅਵਸਥਾ ਉਹਨੂੰ ਸਮਝਣਾ ਵੀ ਬਹੁਤ ਔਖਾ ਕੰਮ ਹੁੰਦਾ ਹੈ ਮੀਨਸ ਜੇ ਕਿਸੇ ਨੂੰ ਜਿਹੜੇ ਮੈਥਮੈਟਿਕਲ ਕੈਲਕੂਲੇਸ਼ਨ ਘੱਟ ਆਉਂਦੇ ਤਾਂ ਉਹ ਨੂੰ ਸਹੀ ਤਰੀਕੇ ਨਾਲ ਅੰਡਰਸਟੈਂਡ ਨਹੀਂ ਕਰ ਸਕਦਾ ਨੀਡ ਐਕਸਪਰਟੀਜ਼ ਵਿਸ਼ੇਸ਼ ਯੋਗਤਾ ਇਹਦੇ ਲਈ ਹੋਣੀ ਜ਼ਰੂਰੀ ਹੈ ਕਿਉਂਕਿ ਜਦੋਂ ਔਸਤ ਦੀ ਗਣਨਾ ਕਰਨੀ ਹੈ ਜੇਕਰ ਸਾਡੇ ਕੋਲ ਵਿਸ਼ੇਸ਼ ਪ੍ਰਕਾਰ ਦੀ ਯੋਗਤਾ ਹੋਏਗੀ ਐਬਿਲਟੀ ਹੋਏਗੀ ਤਾਂ ਹੀ ਅਸੀਂ ਜਿਹੜੀ ਸਹੀ ਤਰੀਕੇ ਦੀ ਕੈਲਕੂਲੇਸ਼ਨ ਆ ਉਹ ਕਰ ਸਕਦੇ ਹਾਂ ਡਿਫਿਕਲਟੀ ਇਨ ਡਿਫਾਈਨ ਇਹਨੂੰ ਪਰਿਭਾਸ਼ਿਤ ਕਰਨਾ ਵੀ ਮੁਸ਼ਕਿਲ ਕੰਮ ਹੈ ਕਿਉਂਕਿ ਜੇਕਰ ਜਿਹੜੀ ਓਬਜ਼ਰਵੇਸ਼ਨ ਹੈ ਉਹ ਜ਼ੀਰੋ ਆਉਂਦੀ ਹੈ ਤਾਂ ਅਸੀਂ ਇਹਨੂੰ ਸਹੀ ਤਰੀਕੇ ਨਾਲ ਡਿਫਾਈਨ ਨਹੀਂ ਕਰ ਸਕਦੇ ਨਾਟ ਅਕਰਸ ਇਨ ਸੀਰੀਜ਼ ਸੀਰੀ ਦੇ ਵਿੱਚ ਨਾ ਹੋਣਾ ਇਹ ਵੀ ਇਹਦੀ ਇੱਕ ਸਭ ਤੋਂ ਵੱਡੀ ਕਮੀ ਹੈ ਕਿਉਂਕਿ ਇਸ ਔਸਤ ਦਾ ਜਿਹੜਾ ਮੁੱਲ ਹੈ ਉਹ ਸੀਰੀ ਦੇ ਵਿੱਚ ਕਈ ਵਾਰ ਨਹੀਂ ਵੀ ਹੁੰਦਾ ਡੀਅਰ ਸਟੂਡੈਂਟਸ ਇਹ ਸੀ ਤੁਹਾਡੇ ਲਈ ਇੱਕ ਛੋਟੀ ਜੀ ਵੀਡੀਓ ਥੈਂਕਸ ਫॉर ਵਾਚਿੰਗ